dear students welcome again our today's topic is writing instructional objectives in behavioral terms ਜਿਹੜੇ ਇਨਸਟਰਕਸ਼ਨਲ ਆਬਜੈਕਟਿਵਸ ਨੇ ਉਹਨਾਂ ਨੂੰ ਬਿਹੇਵੀਅਰਲ ਟਰਮਸ ਦੇ ਵਿੱਚ ਕਿਵੇਂ ਲਿਖਿਆ ਜਾਂਦਾ ਐਨ ਇਨਸਟਰਕਸ਼ਨਲ ਆਬਜੈਕਟਿਵ ਇਸ ਅ ਕਲੀਅਰ ਐਂਡ ਅੰਬੀਗਿਊਸ ਡਿਸਕ੍ਰਿਪਸ਼ਨ ਆਫ ਐਜੂਕੇਸ਼ਨਲ ਐਕਸਪੈਕਟੇਸ਼ਨਸ ਫਾਰ ਸਟੂਡੈਂਟਸ ਵਨ ਰਿਟਨ ਇਨ ਬਿਹੇਵੀਅਰਲ ਟਰਮਸ ਐਨ ਆਬਜੈਕਟਿਵ ਵਿਲ ਇਨਕਲੂਡ 3 ਕੰਪੋਨੈਂਟਸ ਇਹ ਜਦੋਂ ਅਸੀਂ ਨੂੰ ਬਿਹੇਵੀਅਰਲ ਟਰਮਸ ਦੇ ਵਿੱਚ ਲਿਖਦੇ ਆ ਤਾਂ ਇਹਦੇ ਵਿੱਚ 3 ਜਿਹੜੇ ਕੰਪੋਨੈਂਟਸ ਨੇ ਉਹ ਇਨਕਲੂਡ ਹੁੰਦੇ ਨੇ ਫਰਸਟ ਇਜ਼ ਸਟੂਡੈਂਟ ਬਿਹੇਵੀਅਰ ਸੈਕੰਡ ਇਜ਼ ਕੰਡੀਸ਼ਨ ਆਫ ਪਰਫਾਰਮੈਂਸ ਐਂਡ ਥਰਡ ਵਨ ਇਜ਼ ਪਰਫਾਰਮੈਂਸ ਕ੍ਰਾਈਟੇਰੀਆ ਦੈਸ ਇਟ ਮੇ ਬੀ ਡਿਫਾਈਨਡ ਐਜ਼ ਅ ਗਰੁੱਪ ਆਫ ਸਟੇਟਮੈਂਟਸ ਫਾਰਮੂਲੇਟਿਡ ਬਾਈ ਦਾ ਟੀਚਰ ਇਨ ਬਿਹੇਵੀਅਰਲ ਟਰਮ ਫਾਰ ਡਿਸਕ੍ਰਾਈਬਿੰਗ ਵਾਟ ਦਾ ਪੀਪਲਸ ਆਰ ਐਕਸਪੈਕਟਡ ਟੂ ਡੂ ਔਰ ਵਿਲ ਬੀ ਏਬਲ ਟੂ ਡੂ ਵਾਂਸ ਦਾ ਪ੍ਰੋਗਰੈਸ ਆਫ ਕਲਾਸਰੂਮ ਇਨਸਟਰਕਸ਼ਨ ਇਜ਼ ਓਵਰ ਇਟ ਮੀਨਸ ਕਿ ਜਦੋਂ ਜਿਹੜਾ ਟੀਚਰ ਹੈ ਕਲਾਸ ਦੇ ਵਿੱਚ ਪੜਾ ਚੁੱਕਿਆ ਹੁੰਦਾ ਤਾਂ ਉਸ ਤੋਂ ਪਹਿਲਾਂ ਕੁਝ ਐਕਸਪੈਕਟ ਕੀਤਾ ਹੁੰਦਾ ਕਿ ਜਿਹੜੇ ਬੱਚੇ ਨੇ ਉਹ ਕੀ ਕੰਮ ਕਰਨ ਦੇ ਯੋਗ ਹੋ ਸਕਣਗੇ ਦੇ ਵਿਲ ਬੀ ਏਬਲ ਟੂ ਗਿਵ ਦਾ ਰਿਸਪੌਂਸਸ ਦੇ ਵਿਲ ਬੀ ਏਬਲ ਟੂ ਡਿਫਾਈਨ ਐਨੀ ਡੈਫੀਨੇਸ਼ਨ ਦੇ ਵਿਲ ਬੀ ਏਬਲ ਟੂ ਸੋਲਵ ਦਿਸ ਪ੍ਰੋਬਲਮ ਮਿੰਨੀ ਦੀ ਸਟ੍ਰਾਂਡ ਦਾ ਟਾਪਿਕ ਹੋਏਗਾ ਤਾਂ ਜਿਹੜੇ ਟੀਚਰ ਉਹ ਬੱਚਾ ਕੋਲ ਐਕਸਪੈਕਟ ਕਰਕੇ ਜਿਹੜੇ ਇਹ ਇਨਸਟ੍ਰਕਸ਼ਨਲ ਆਬਜੈਕਟਿਵਸ ਨੇ ਉਹਨਾਂ ਨੂੰ ਲਿਖਦਾ ਏ ਕਦੋਂ ਵਾਂਸ ਦਾ ਪ੍ਰੋਗਰੈਸ ਆਫ ਕਲਾਸਰੂਮ ਇਨਸਟ੍ਰਕਸ਼ਨ ਇਜ਼ ਓਵਰ ਜਦੋਂ ਕਲਾਸਰੂਮ ਦਾ ਜਿਹੜੇ ਟੀਚਰ ਨੇ ਜਦੋਂ ਪੜ੍ਹਾ ਚੁੱਕਿਆ ਹੁੰਦਾ ਸਾਰੇ ਜਿਹੜੇ ਇਨਸਟ੍ਰਕਸ਼ਨ ਓਵਰ ਹੋ ਚੁੱਕੇ ਹੁੰਦੇ ਨੇ ਉਸ ਟਾਈਮ ਟੀਚਰ ਫਿਰ ਉਮੀਦ ਰੱਖ ਰਿਹਾ ਹੁੰਦਾ methods of writing instructional objectives in behavioral terms ਹੁਣ ਕਿਹੜੇ ਕਿਹੜੇ ਜਿਹੜੇ methods ਨੇ ਜਿਹਦੇ ਨਾਲ ਜਿਹੜੇ ਇਹ objectives ਨੇ behavioral terms ਦੇ ਵਿੱਚ ਲਿਖੇ ਜਾਂਦੇ ਨੇ ਫਸਟ ਇਹਦੇ ਵਿੱਚ ਹੈ ਰੋਬਰਟ ਮੀਜਰਸ ਅਪਰੋਚ ਦੂਸਰਾ ਹੈ ਰੋਬਰਟ ਮਿਲਰਸ ਅਪਰੋਚ ਤੀਸਰਾ ਹੈ ਆਰ ਸੀ ای ਮੇ ਅਪਰੋਚ ਹੁਣ ਜਿਹੜੀ ਆਰ ਸੀ ای ਮੇ ਅਪਰੋਚ ਹੈ ਇਹ ਹੀ ਇੰਪੋਰਟੈਂਟ ਹੈ ਤੇ ਜ਼ਿਆਦਾਤਰ ਏਸੇ ਨੂੰ ਹੀ ਯੂਜ਼ ਕੀਤਾ ਜਾਂਦਾ ਹੈ ਦਾ ਫੋਰ ਕੈਟਾਗਰੀਜ਼ ਆਫ ਆਬਜੈਕਟਿਵਸ ਹੁਣ ਫੋਰ ਕੈਟਾਗਰੀਜ਼ ਕਿਹੜੀਆਂ ਨੇ ਫਸਟ ਇਜ਼ ਨੋਲੇਜ ਸੈਕੰਡ ਇਜ਼ ਅੰਡਰਸਟੈਂਡਿੰਗ ਥਰਡ ਵਨ ਇਜ਼ ਐਪਲੀਕੇਸ਼ਨ ਐਂਡ ਫੋਰਥ ਇਜ਼ ਕ੍ਰੀਏਟੀਵਿਟੀ ਹੈਵ ਇਨ ਡਿਵਾਈਡਡ ਇਨਟੂ 17 ਮੈਂਟਲ ਪ੍ਰੋਸੈਸਸ অর ਐਬਿਲਿਟੀਜ਼ ਹੁਣ ਇਹਨਾਂ ਫੋਰ ਜਿਹੜੇ ਕੈਟਾਗਰੀਜ਼ ਨੇ ਆਬਜੈਕਟਿਵਸ ਦੀਆਂ ਉਹਨਾਂ ਨੂੰ 17 ਮੈਂਟਲ ਪ੍ਰੋਸੈਸ অর ਐਬਿਲਿਟੀਜ਼ ਦੇ ਵਿੱਚ ਡਿਵਾਈਡ ਕੀਤਾ ਗਿਆ ਹੈ these processes or abilities are used for the necessary outline of the 17 frames or statements as follow hunne kehde kehde ne first hai knowledge objectives hun ide vich the learner will be able to recognize means ke jehde bacche ho recognize kar sakne de yog ho sakne gi recognize ki cheez jo sine topic karwaya hai us nu likhna hai aggu the learner will be able to recall ago kis chee nu recall karan de yog ho sakange that one age understanding the objectives hun ide under aayega the learner will be able to see relationship between that and that hun ide vich jediyan do cheezan ne onna de vich jeda relationship hai onu bacche dassan de yog ho sakange ya find out karan de yog ho sakange the learner will be able to cite example of ਹੁਣ ਕਿਸ ਚੀਜ਼ ਦੀ ਐਗਜ਼ਾਮਪਲ ਜੋ ਸਾਡਾ ਟਾਪਿਕ ਹੈ ਉਸ ਦੀ ਐਗਜ਼ਾਮਪਲ ਦੇਣ ਦੇ ਯੋਗ ਹੋ ਸਕਣਗੇ the learner will be able to classify ਜਿਸੇ ਕੁਝ ਉਹਨਾਂ ਚੀਜ਼ਾਂ ਦੇ ਰਿਹਾ ਤਾਂ ਉਹਨਾਂ ਨੂੰ ਕਲਾਸੀਫਾਈ ਕਰ ਸਕਣ ਦੇ ਯੋਗ ਹੋ ਸਕਣਗੇ the learner will be able to verify ਹੁਣ ਕਿਸ ਚੀਜ਼ ਨੂੰ ਵੈਰੀਫਾਈ ਕਰਨਾ ਹੈ ਇਹ ਵੀ ਆਪਣੇ ਟਾਪਿਕ ਦੇ ਅਕੋਰਡਿੰਗ ਹੋਏਗਾ the learner will be able to generalize ਹੁਣ ਕਿਸ ਚੀਜ਼ ਨੂੰ ਜਨਰਲਾਈਜ਼ ਕਰਨਾ ਕਿਸ ਚੀਜ਼ ਦਾ ਸਧਾਰਨਿਕਰਨ ਕਰਨਾ ਹੈ that one the learner will be able to interpret ਹੁਣ ਇੰਟਰਪ੍ਰੀਟ ਕਿਸ ਚੀਜ਼ ਨੂੰ ਕਰਨਾ ਹੈ ਇੱਥੇ ਜਿਹੜੇ ਡਾਟਸ ਲੱਗੇ ਹਨ ਉਹ ਉਸ ਚੀਜ਼ ਨੂੰ ਅੱਗੇ ਡਿਸਕ੍ਰਾਈਬ ਕਰ ਰਿਹਾ ਹੈ ਥਰਡ ਵਨ ਹੈ ਐਪਲੀਕੇਸ਼ਨ ਆਬਜੈਕਟਿਵਸ ਹੁਣ ਇਹਦੇ ਲਈ ਫਰਸਟ ਹੈ ਦਾ ਲਰਨਰ will able to reason out ਮੀਨਸ ਐਪਲੀਕੇਸ਼ਨ ਦਾ ਮਤਲਬ ਹੁੰਦਾ ਹੈ ਕਿ ਉਸ ਚੀਜ਼ ਨੂੰ ਅਪਲਾਈ ਕਰਨਾ ਅਪਲਾਈ ਕਰਨ ਦੇ ਯੋਗ ਹੋ ਸਕਣਗੇ ਦਾ ਲਰਨਰ will be able to formulate hypothesis for ਦਾ ਲਰਨਰ विल बी एबल टू अस्टैबलिश हाइफोसिस फॉर इत फॉरमूलेट करना दैन अस्टैबलिश करना द लर्नर विल बी एबल टू इनफर अबाउट द लर्नर विल बी एबल टू प्रडिक्ट अबाउट मीनस जो सा टॉपिक हैकॉर्डिंग फोर्थ है क्रिएटिविटी ओब्जेक्टिव द लर्नर विल बी एबल टू एनालाइज हम किस चीज़ एनालाइज कर सकन दे योग हो सकन गए सापिक्कर्डिंग the learner will be able to synthesize the learner will be able to evaluate evaluate jo saada topic hai according next are things to be kept in mind while writing objectives in rcem approach hun kehdiyan jehdiyan chizaan ne jinna nu dhyan de vich rakhna hai jadon rcem approach de naal jehde behavioral objectives ne unna nu ਲਿਖਣਾ ਹੈ ਫਰਸਟ ਇਹਦੇ ਵਿੱਚ ਹੈ ਦਾ ਐਂਟਰੀ ਬਿਹੇਵੀਅਰ ਆਫ ਦਾ ਲਰਨਰ ਸ਼ੁੱਡ ਬੀ ਕੈਪਟਨ ਮਾਈਂਡ ਹੁਣ ਜਿਹੜਾ ਬੱਚੇ ਦਾ ਐਂਟਰੀ ਬਿਹੇਵੀਅਰ ਹੈ ਲਰਨਰ ਦਾ ਐਂਟਰੀ ਬਿਹੇਵੀਅਰ ਹੈ ਉਹਨੂੰ ਮਾਈਂਡ ਦੇ ਵਿੱਚ ਰੱਖਿਆ ਜਾਣਾ ਜ਼ਰੂਰੀ ਹੈ ਨੈਕਸਟ ਆ ਥਿੰਕ ਅਗੇ ਇਨ ਦਾ ਐਲੀਮੈਂਟ ਆਫ ਕੰਟੈਂਟ অর ਟਾਪਿਕ ਟੂ ਬੀ 기ਵਨ ਟੂ ਦਾ ਲਰਨਰ ਹੁਣ ਜਿਹੜਾ ਟਾਪਿਕ ਜਾਂ ਕੰਟੈਂਟ ਅਸੀਂ ਲਰਨਰ ਨੂੰ ਦਿੱਤਾ ਹੈ ਸਿੱਖਣ ਦੇ ਲਈ ਤਾਂ ਉਹਨੂੰ ਬਾਰੇ ਸੋਚਣਾ ਜ਼ਰੂਰ ਚਾਹੀਦਾ ਕਿਉਂਕਿ ਅਸੀਂ ਦੇਖਣਾ ਕਿ ਇਹ ਬੱਚਿਆਂ ਦੇ ਲੈਵਲ ਦੇ ਅਕੋਰਡਿੰਗ ਹੈ ਜਾਂ ਨਹੀਂ ਹੈ ਥਿੰਕ ਅਗੇਨ ਦਾ ਟੀਚਿੰਗ ਆਬਜੈਕਟਿਵਸ ਹੁਣ ਸਾਡੇ ਪੜ੍ਹਾਉਣ ਦਾ ਆਬਜੈਕਟਿਵ ਕੀ ਸੀ ਤਾਂ ਉਹਦੇ ਬਾਰੇ ਵੀ ਜ਼ਰੂਰ ਸੋਚਣਾ ਕਿਉਂਕਿ ਤਾਂ ਹੀ ਜਿਹੜੇ ਬਿਹੇਵੀਅਰਲ ਆਬਜੈਕਟਿਵਸ ਨੇ ਉਹਨਾਂ ਨੂੰ ਅਸੀਂ ਸਹੀ ਢੰਗ ਦੇ ਨਾਲ ਲਿਖ ਪਾਵਾਂਗੇ ਇਨ 뷰 ਆਫ ਦਾ ਐਂਟਰੀ ਬਿਹੇਵੀਅਰ element of content and the particular objective try to select appropriate mental process for writing the objective in question means ke sahi tang de naal likhna hai te appropriate jehda mental process hai oh select karna hai kaddo jadon assi jehde objectives ne ohna nu question di form de vich likhna hai ਮੇਕ ਯੂਜ਼ ਆਫ ਦਾ 17 ਫਰੇਮਸ ਹੁਣ ਜਿਹੜੇ ਅਸੀਂ 17 ਫਰੇਮਸ ਉੱਪਰ ਕੀਤੇ ਨੇ ਦਾ ਆਰ ਸੀ ਈ ਐਮ ਅਪਰੋਚ ਦੇ ਐਂਡ ਫਿਲ ਇਨ ਦਾ ਬਲੈਂਕਸ ਇਨ ਵਿਊ ਆਫ ਦਾ ਐਂਟਰੀ ਬਿਹੇਵੀਅਰ ਹੁਣ ਇੱਥੇ ਤੁਸੀਂ ਦੇਖਿਆ ਸੀ ਵੀ ਡਾਟਸ ਲੱਗੇ ਹੋਏ ਸੀ ਉੱਪਰ ਤੁਸੀਂ ਦੇਖ ਰਹੇ ਹੋ ਤਾਂ ਇਹ ਕੀ ਨੇ ਫਿਲ ਇਨ ਦਾ ਬਲੈਂਕਸ ਇਨ ਵਿਊ ਆਫ ਦਾ ਐਂਟਰੀ ਬਿਹੇਵੀਅਰ ਆਫ ਦਾ ਲਰਨਰ ਐਂਡ ਲਰਨਿੰਗ ਐਕਸਪੀਰੀਐਂਸਸ ਗਿਵਨ ਟੂ ਹਿਮ ਇਹਦੇ ਅਕੋਰਡਿੰਗ ਅਸੀਂ ਜਿਹੜਾ ਬੱਚੇ ਦਾ ਬਿਹੇਵੀਅਰ ਹੈ ਲਰਨਰ ਦਾ ਬਿਹੇਵੀਅਰ ਹੈ ਉਹ ਉਥੇ ਫਿਲ ਇਨ ਦਾ ਬਲੈਂਕਸ ਜਿਹੜੀ ਦਿੱਤੇ ਨੇ ਉਹਦੇ ਵਿੱਚ ਫਿਲ ਕਰਨਾ ਹੈ ਐਂਡ ਲਰਨਿੰਗ ਐਕਸਪੀਰੀਐਂਸਿਸ 기ਵਨ ਟੂ ਹਿਮ ਤੇ ਜਿਹੜੇ ਲਰਨਿੰਗ ਐਕਸਪੀਰੀਐਂਸਿਸ ਨੇ ਉਹਦੇ ਦੁਆਰਾ ਦਿੱਤੇ ਗਏ ਨੇ ਕਿ ਉਸਨੇ ਕਿਸ ਤਰੀਕੇ ਨਾਲ ਸਿੱਖਿਆ ਤੇ ਉਹਨੂੰ ਕੀ ਕਰ ਸਕਦਾ ਉਹਨੂੰ ਅਸੀਂ ਉਥੇ ਲਿਖਣਾ ਹੈ ਡੀਅਰ ਸਟੂਡੈਂਟਸ ਮੈਂ ਉਮੀਦ ਕਰਦੀ ਹਾਂ ਕਿ ਵੀਡੀਓ ਤੁਹਾਡੇ ਲਈ ਹੈਲਪਫੁਲ ਰਹੇਗੀ ਥੈਂਕਸ ਫॉर ਵਾਚਿੰਗ